ਹੁਣ ਮੈਂ ਇੱਥੇ ਕੈਫੇ ਦੇ ਅੰਦਰ ਬੈਠਾ ਅਤੇ ਤੁਹਾਨੂੰ ਮੈਂ ਸਾਰਾ ਯੂਨੀਵਰਸਿਟੀ ਦਾ ਵਿਊ ਤਾਂ ਤੁਹਾਨੂੰ ਦਿਖਾਈ ਦਿੱਤਾ ਆ ਆਪਣੀ ਐਂਟਰੈਂਸ ਆਡੀਟੋਰੀਅਮ ਤਾਂ ਇੱਕ ਰਹਿ ਗਿਆ ਸੀਗਾ ਅਤੇ ਕੰਟੀਨ ਕੈਫੇ ਐਂਡ ਇਹ ਹੈਵੀਲੈਂਡ ਆ ਇਹ ਛੋਟਾ ਕੈਂਪਸ ਆ ਅਤੇ ਦੂਸਰੀ ਸਾਈਡ ਕੋਲੇਜ ਲਈ ਨਾ ਉਹ ਵੀ ਮੈਂ ਤੁਹਾਨੂੰ ਦਿਖਾਊਂਗਾ ਅਤੇ ਉਹ ਮੇ ਵੀ ਫਸਟ ਪਾਰਟ ਆਊਗਾ ਅਤੇ ਇਹ ਸੈਕਿੰਡ ਪਾਰਟ ਹੋਊਗਾ ਅਤੇ ਇੱਥੇ ਸਾਰੇ ਜਿੰਨੇ ਵੀ ਬੱਚੇ ਸਾਰੇ ਮਾਸਟਰਸ ਕਰਨ ਆਏ ਆ ਇਸ ਬ੍ਰਾਂਚ ਦੇ ਵਿੱਚ ਜਿੱਦਾਂ ਇਹ ਇੱਕ ਬ੍ਰਾਂਚ ਹੋਰ ਵੀ ਬਹੁਤ ਸਾਰੀਆਂ ਬ੍ਰਾਂਚਾਂ ਆ ਬਟ ਇਹ ਸਾਡੀ ਵਾਲੀ ਆ ਜਿੱਥੇ ਮਾਸਟਰਸ ਆਪਾਂ ਕਰਦੇ ਹਾਂ ਅਤੇ ਬਾਕੀ ਜਿਹੜੀ ਦੂਸਰੇ ਪਾਸੇ ਆ ਕੋਲੇਜ ਲਿਆਂ ਦੀ ਉੱਥੇ ਗ੍ਰੈਜੂਏਸ਼ਨ ਆ ਬਟ ਉੱਥੇ ਕਰਾਊਡ ਥੋੜ੍ਹਾ ਜ਼ਿਆਦਾ ਹੁੰਦਾ ਸਾਡੇ ਵਾਲੇ ਪਾਸੇ ਕਰਾਊਡ ਘੱਟ ਹੁੰਦਾ ਅਤੇ ਹੁਣ ਮੈਂ ਤੁਹਾਨੂੰ ਆਡੀਟੋਰੀਅਮ ਦਾ ਇੱਕ ਵਿਊ ਰਹਿ ਗਿਆ ਉਹ ਦਿਖਾਉਣਾ ਆ ਅਤੇ ਕਲਾਸ ਦੀ ਮੈਂ ਅਟੈਂਡੈਂਸ ਲਗਾਉਣੀ ਆ ਅਤੇ ਕਲਾਸ ਅਟੈਂਡ ਕਰਕੇ ਅਤੇ ਉਸ ਤੋਂ ਬਾਅਦ ਤੁਹਾਨੂੰ ਅਗਲਾ ਵਿਊ ਦਿਖਾਊਂਗਾ ਮੈਂ। ਇਹ ਅੱਜ ਦਾ ਆਪਣਾ ਹੈਗਾ ਆ ਯੂਨੀਵਰਸਿਟੀ ਦਾ ਟੂਰ ਅਤੇ ਯੂਨੀਵਰਸਿਟੀ ਦਾ ਟੂਰ ਹੋਊਗਾ ਸਾਊਥ ਹੋਲ ਤੋਂ ਲੈ ਕੇ ਹੈਟਫੀਲਡ ਹਰਟਫੋਰਡਸ਼ਾਇਰ ਯੂਨੀਵਰਸਿਟੀ ਅਤੇ ਮੈਂ ਖੜ੍ਹਾ ਬੱਸ ਸਟੈਂਡ 'ਤੇ ਅਤੇ ਬੱਸ ਦੀ ਵੇਟ ਕਰਦਾ ਮੈਂ ਅਤੇ ਬੱਸ 5 ਮਿੰਟ ਤੱਕ ਆਉਣੀ ਹੈ ਅਤੇ ਇਹ ਡੋਮਰਵੈਲ ਸਾਈਡ ਲਓ ਜੀ ਸਾਡੀ ਬੱਸ ਆ ਗਈ ਹੈ E5 ਆਹ ਅਸੀਂ ਹੈਗੇ ਹਾਂ ਸਾਊਥਹਾਲ ਸਟੇਸ਼ਨ ਠੀਕ ਹੈ ਆਹ ਸਾਊਥਹਾਲ ਸਟੇਸ਼ਨ ਮੈਂ ਇੱਥੇ ਖੜ੍ਹਾ ਹੈਨਵੈਲ ਵੈਸਟਨਿੰਗ ਇਲੀ ਬਰੋਡਵੇ ਐਕਸ਼ਨ ਮੇਨ ਲਾਈਨ ਪਡਿੰਗਟਨ ਬੋਂਡ ਸਟਰੀਟ ਟੋਟਨ ਕੋਡ ਰੋਡ ਅਸੀਂ ਇੱਥੇ ਜਾਣਾ ਇੱਥੋਂ ਦੀ ਅਸੀਂ ਆਹ ਨੌਰਥਨ ਲਾਈਨ ਚੇਂਜ ਕਰਨੀ ਹੈ ਨੌਰਥਨ ਲਾਈਨ ਤੋਂ ਐਜਵੇਅਰ ਆਹ ਸਾਰਾ ਮੈਪ ਸਾਹਮਣੇ ਆਉਂਦੀ ਟ੍ਰੇਨ ਲਓ ਜੀ ਆਪਣੀ ਮੈਟਰੋ ਵੀ ਆ ਗਈ ਅੰਦਰ ਵੀ ਦੇਖੋ ਟ੍ਰੇਨ ਕਿੰਨੀ ਸੋਹਣੀ ਆ ਹੈ ਨਾ ਬਹੁਤ ਸੋਹਣੀ ਬਣੀ ਹਾਂ ਆਪਾਂ ਨੂੰ ਖਾਲੀ ਜਗ੍ਹਾ ਲੱਭ ਗਈ ਆ ਇੱਥੇ ਬੈਠਾ ਆਪਾਂ ਰੱਖਤਾ ਆਪਣਾ ਬੈਗ ਬਾਹਰ ਦਾ ਵਿਊ ਚੈੱਕ ਕਰ ਲਓ ਸੇਮ ਹੀ ਇੱਦਾਂ ਲੱਗਦਾ ਪੰਜਾਬ 'ਚ ਘੁੰਮਣ ਡੇ ਆ ਹੈਨਵੈਲ ਸਟੇਸ਼ਨ ਆ ਗਿਆ ਜੇ ਧੁੱਪ ਬੜੀ ਤਿੱਖੀ ਆ ਇਹਨੇ ਸ਼ੀਸ਼ੇ ਲਾਏ ਇਹਨਾਂ ਨੇ ਇੱਕ ਪ੍ਰੋਬਲਮ ਹੈ ਇੱਦਾਂ ਹੀ ਸਿਰ ਕੱਢ ਕੇ ਤਾਂ ਬਾਹਰ ਨਹੀਂ ਦੇਖ ਸਕਦੇ ਵੀ ਡਰਾਈਵਰ ਤੋਂ ਪਹਿਲਾਂ ਸਾਨੂੰ ਵੇਖ ਜੇ ਵੀ ਅੱਗੇ ਕੀ ਆ ਜਿੱਦਾਂ ਆਪਾਂ ਇੰਡੀਆ 'ਚ ਵੇਖ ਲੈਂਦੇ ਨਾ ਸਿਰ ਕੱਢ ਕੇ ਬਾਹਰ ਉਹ ਦੇਖੋ ਇਹ ਤੱਕ ਇੱਕ ਜਗ੍ਹਾ 'ਤੇ ਅਤੇ ਵੇਟ ਕਰਦੇ ਪਏ ਆ ਅਤੇ ਜੇ ਇਹ ਪੰਜਾਬ 'ਚ ਰੁਕੀ ਹੁੰਦੀ ਤਾਂ ਅਗਲੇ ਬੰਦੇ ਨੇ ਕਹਿਣਾ ਸੀਗਾ ਪਹਿਲਾਂ ਪੱਛਮ ਐਕਸਪ੍ਰੈਸ ਨਿਕਲੂਗੀ ਅਤੇ ਫਿਰ ਇਹਨੂੰ ਕੱਢਣਗੇ ਆਹ ਦੇਖੋ ਹੁਣ ਚੱਲੀ ਹੈ ਅੰਡਰਗਰਾਊਂਡ ਨੈੱਟ ਵੀ ਬੰਦ ਹੋ ਜਾਣਾ ਚਲੋ ਜੀ ਹੁਣ ਆਪਣਾ ਸਟੇਸ਼ਨ ਆ ਗਿਆ ਟੋਟਨ ਕੋਟ ਰੋਡ ਠੀਕ ਆ ਇੱਥੋਂ ਅਸੀਂ ਚੇਂਜ ਕਰਨੀ ਆ ਨੌਰਥਨ ਲਾਈਨ ਅਤੇ ਇੱਧਰ ਜਾ ਕੇ ਲੈਫਟ ਹੋ ਜਾਣਾ ਅਤੇ ਸਾਹਮਣੇ ਨੌਰਥਨ ਲਾਈਨ ਆ ਉਹ ਦੇਖੋ ਨਾਲ ਦੇ ਨਾਲ ਥੋੜ੍ਹਾ ਥੋੜ੍ਹਾ ਲੰਡਨ ਵੀ ਦੇਖ ਲਓ ਨਾ ਇੱਧਰ ਆਊਟ ਆ ਠੀਕ ਆ ਅਤੇ ਆਪਾਂ ਜਾਣਾ ਆ ਇੱਧਰ ਨੌਰਥਨ ਲਾਈਨ ਦੇਖੋ ਆ ਰਹੀ ਨੌਰਥਨ ਲਾਈਨ ਇੱਧਰ ਨੂੰ ਟਰਨ ਲੈਣਾ ਲੈਫਟ
ਆ ਰਿਹਾ ਸਾਹਮਣੇ ਥੱਲੇ ਜਾਣਾ ਆ ਅਸੀਂ ਆ ਗਏ ਹਾਂ ਟੋਟਨਕੋਨ ਰੋਡ ਇੱਥੇ ਹਾਂ ਹੈ ਨਾ ਮੈਂ ਹੁਣ ਆ ਸਾਰਾ ਰਸਤਾ ਕਵਰ ਕਰਨਾ ਅਤੇ ਇੱਕ ਦਿਨ ਆ ਤੁਹਾਨੂੰ ਮਾਰਕੀਟ ਦਾ ਟੂਰ ਦੇਣਾ ਇੱਥੇ ਦਾ ਮਾਰਕੀਟ ਦਾ ਠੀਕ ਆ ਫਿਰ ਆ ਸਾਰਾ ਚਲਦੇ ਚਲਦੇ ਇੱਥੇ ਜਾਣਾ ਅਜਮੇਰ ਤਾਂ ਅਜਮੇਰ 'ਤੇ ਡਾਇਰੈਕਟ ਵੀ ਜਾਂਦੀ ਹੈ ਪਰ ਇਹ ਕੈਮ ਟਾਊਨ ਤੋਂ ਚੇਂਜ ਕਰਨੀ ਆ ਟ੍ਰੇਨ ਕੈਮਡਨ ਟਾਊਨ ਆ ਗਏ ਅਸੀਂ ਅਤੇ ਹੁਣ ਅਸੀਂ ਟ੍ਰੇਨ ਕੈਮਡਨ ਟਾਊਨ ਅਤੇ ਉਹ ਦੇਖੋ ਅਜਮੇਰ ਜਾਣਾ ਸੀ ਪਲੈਟਫੋਰਮ ਨੰਬਰ 1 ਸਾਹਮਣੇ ਅਜਮੇਰ ਨੂੰ ਜਾਂਦੀ ਬਸ ਤੋ ਟ੍ਰੇਨ ਆ ਗਈ ਟਾਈਮ ਨਾਲ ਹੀ ਹੁਣ ਇਹ ਸਿੱਧੀ ਜਾਣੀ ਆ ਆਪਣੀ ਅਜਮੇਰ ਲਾਸਟ ਸਟੇਸ਼ਨ ਆ ਤਾਂ ਲੱਗਣ ਡਿਆ ਜਿੱਦਾਂ ਬਠਿੰਡਾ ਆ ਗਿਆ ਹੁੰਦਾ ਲਓ ਜੀ ਆਪਣਾ ਅਜਮੇਰ ਸਟੇਸ਼ਨ ਆ ਗਿਆ ਆ ਹੁਣ ਅਸੀਂ ਉਤਰਨ ਲੱਗੇ ਚਲੋ ਲਾਸਟ ਸਟੇਸ਼ਨ ਇੱਕ ਵਾਰੀ ਚੈੱਕ ਕਰ ਲਈਏ ਕੁਛ ਰਹਿ ਤਾਂ ਨਹੀਂ ਗਿਆ ਨਥਿੰਗ ਸਾਹਮਣੇ ਬਾਹਰ ਅਤੇ ਇੱਥੋਂ ਅਜਮੇਰ ਤੋਂ ਹੁਣ ਮੈਂ ਯੂਨੀਵਰਸਿਟੀ ਦੀ ਬੱਸ ਲੈਣੀ ਆ ਇਹ ਆਊਟਰ ਪੈ ਜਾਂਦਾ ਲੰਡਨ ਦਾ ਵੀ ਲਾਸਟ ਮੈਟਰੋ ਸਟੇਸ਼ਨ ਆ ਅਗਰ ਅਸੀਂ ਲੰਡਨ ਦੇ ਮੈਪ ਤੋਂ ਦੇਖੀਏ ਅਤੇ ਇਸ ਤੋਂ ਬਾਅਦ ਹੁਣ ਬੱਸ ਲੈਣੀ ਹੈ ਅਤੇ ਆਪਾਂ ਲੰਡਨ ਤੋਂ ਬਾਹਰ ਹੋ ਜਾਣਾ ਹੈਟਫੀਲਡ ਬਹੁਤ ਇਹ ਹੁਣ ਆਊਟ ਬਾਹਰ ਪੈ ਜਾਣਾ ਅਤੇ ਇਹਦੇ ਨਾਲ ਹੀ ਮੈਂ ਫੋਨ ਟੱਚ ਕਰਨਾ ਦੇਖਿਓ ਤੁਹਾਡੇ ਸਾਹਮਣੇ ਇਹਨੂੰ ਟੈਪ ਕਰਨਾ ਅੱਜ ਖੁੱਲ੍ਹ ਗਿਆ ਦੇਖੋ ਵੀਡੀਓ ਚਲਦੀ ਚਲਦੀ 'ਤੇ ਟੈਪ ਕੀਤਾ ਅਤੇ ਉਹ ਖੁੱਲ੍ਹ ਗਿਆ ਅਤੇ ਆ ਇੱਧਰਲਾ ਬਾਈ ਮੈਨੂੰ ਜਾਣਦਾ ਆ ਮੈਂ ਕਿਹਾ ਚਲੋ ਹੈਲੋ ਬੋਲ ਦੂੰ ਆਪਕੋ ਉਹ ਸਾਹਮਣੇ ਜਿੱਥੇ ਬੱਸ ਖੜ੍ਹੀ ਨਾ ਉੱਥੋਂ ਦੀ ਬੱਸ ਲੈਣੀ ਮੈਂ ਅਤੇ ਹੁਣ ਅਤੇ ਆ ਉਹੀ ਕਨੇਡਾ ਵਾਲਾ ਰੂਲ ਨੱਪੋ ਫਿਰ ਰੋਡ ਕ੍ਰੋਸ ਹੋਣੀ ਇਹ ਉੱਦਾਂ ਅਜਮੇਰ ਦੀ ਮਾਰਕੀਟ ਆ ਅਤੇ ਅਜਮੇਰ ਦੀ ਮਾਰਕੀਟ ਦਾ ਇੱਕ ਵਾਰੀ ਤੁਹਾਨੂੰ ਮੈਂ ਸਾਰਾ ਵਿਊ ਦਿਖਾ ਦਿੰਦਾ ਉੱਧਰ ਅਜਮੇਰ ਦਾ ਸਟੇਸ਼ਨ ਜਿੱਥੋਂ ਮੈਂ ਆਇਆ ਉਹ ਹੁਣ ਬੱਸ ਆ ਗਈ ਕਾਲਜ ਦੀ 614 ਹੁਣ ਇਹਦੇ 'ਚ ਜਾਣਾ ਆਪਾਂ ਲਾਈਨ ਇਹ ਜਾਣੀ ਹੈ ਬੱਸ ਹੁਣ ਸਾਡੀ ਯੂਨੀਵਰਸਿਟੀ ਲੰਡਨ ਤੋਂ ਬਾਹਰ ਹੈਟਫੀਲਡ ਉਹ ਦੇਖੋ ਹੈਟਫੀਲਡ ਲਓ ਜੀ ਹੁਣ ਬੱਸ 'ਚ ਅਸੀਂ ਬਹਿ ਗਏ ਹਾਂ ਇਹ ਹੁਣ ਜਾਣੀ ਹੈ ਹੈਟਫੀਲਡ ਅਤੇ ਬਾਕੀ ਦਾ ਟੂਰ ਹੁਣ ਤੁਹਾਨੂੰ ਯੂਨੀਵਰਸਿਟੀ ਪਹੁੰਚ ਕੇ ਦਿਖਾਵਾਂਗੇ ਇਹ ਜਿਹੜਾ ਕੈਂਪਸ ਹੈਗਾ ਇਹ ਹੈਗਾ ਆ ਦੇ ਹੈਵੀਲੈਂਡ ਬ੍ਰਾਂਚ ਆ ਹਰਟਫੋਰਡਸ਼ਾਇਰ ਯੂਨੀਵਰਸਿਟੀ ਦੀ ਅਤੇ ਉਹ ਸਾਹਮਣੇ ਲਿਖਿਆ ਹੋਇਆ ਹਟਫੋਰਡਸ਼ਾਇਰ ਯੂਨੀਵਰਸਿਟੀ ਠੀਕ ਹੈ ਅਤੇ ਇਹ ਜਿੰਨੀ ਵੀ ਬੱਚੇ ਇੱਥੇ ਪੜ੍ਹਦੇ ਆ ਉਹ ਸਾਰੇ ਦੇ ਸਾਰੇ ਇੱਥੇ ਮਾਸਟਰਸ ਵਾਲੇ ਆ ਅਤੇ ਜਿਹੜਾ ਮੇਨ ਛੋਟੀ ਬ੍ਰਾਂਚ ਆ ਇਹਨਾਂ ਦੀ ਜਿੱਥੇ ਗ੍ਰੈਜੂਏਸ਼ਨ ਕਰਦੇ ਸਾਰੇ ਉਹ ਹੈਗੀ ਆ ਉੱਧਰ ਕੋਲੇਜ ਲੇਨ ਸਟਾਰਟਿੰਗ ਉੱਥੋਂ ਹੁੰਦੀ ਆ ਠੀਕ ਹੈ ਅਤੇ ਆਹ ਮੈਂ ਤੁਹਾਨੂੰ ਦਿਖਾ ਦਿੰਦਾ ਵਿਊ ਸਾਰਾ ਇੱਥੇ ਦਾ ਅਤੇ ਇੱਧਰਲੇ ਪਾਸੇ ਹੈਗੀ ਆ ਲਾ ਕੋਟ ਬਿਲਡਿੰਗ ਮੈਨੂੰ ਲੱਗ ਦਿਖਾ ਦਿੰਦਾ ਗ੍ਰੇਸ ਓਨੋ ਪਤਾ ਨਹੀਂ ਕੀ ਲਿਖਿਆ ਲੋ ਕੋਟ ਬਿਲਡਿੰਗ ਅਤੇ ਆ ਇੱਧਰ ਆ ਜਿਹੜੇ ਵਕੀਲ ਵਗੈਰਾ ਠੀਕ ਆ ਇੱਧਰਲੇ ਪਾਸੇ ਜਾਵਾਂਗੇ ਅਤੇ ਇੱਧਰ ਐਂਟਰੈਂਸ ਆ ਮੇਨ ਬਿਲਡਿੰਗ ਦੀ ਠੀਕ ਆ ਆਹ ਸਾਰਾ ਲਾਇਬ੍ਰੇਰੀ ਏਰੀਆ ਆ ਅਤੇ ਉਹ ਸਾਹਮਣੇ ਕੈਫੇ ਆ ਇਹਦੇ ਅੰਦਰ ਸਟਾਰਬਕਸ ਵੀ ਹੈਗਾ ਮੀਂਹ ਪੈਣ ਲੱਗ ਪਿਆ ਹੁਣ ਅੰਦਰ ਚੱਲਦੇ ਹਾਂ ਆਹ ਇਹਦੀ ਐਂਟਰੀ ਆ ਦੇਖਿਓ ਆਪਣੇ ਆਟੋਮੈਟਿਕ ਹੀ ਆ ਸਾਰੇ ਬਣੇ ਹੋਏ ਅਤੇ ਆਹ ਉੱਪਰ ਦੇਖੋ ਸਾਰੀਆਂ ਕੰਟਰੀਆਂ ਦੇ ਝੰਡੇ ਲੱਗੇ ਆ ਜਿਨ੍ਹਾਂ ਜਿਨ੍ਹਾਂ ਦੇ ਨਾਲ ਇਹ ਡੀਲ ਕਰਦੇ ਆ ਠੀਕ ਹੈ ਅਤੇ ਇੱਧਰਲੇ ਪਾਸੇ ਆ ਏਅਰਜੈੱਟ ਦਾ ਇਹਨਾਂ ਨੇ ਜਹਾਜ਼ ਰੱਖਿਆ ਅਤੇ
ਵੈਸੇ ਇੰਜੀਨੀਅਰਿੰਗ ਕੋਲੇਜ ਨਹੀਂ ਹੈਗਾ, ਇਹ ਥਰੈਟੀਕਲ ਕੋਲੇਜ ਹੀ ਆ, ਮੈਨੂੰ ਆਪ ਨਹੀਂ ਸਮਝ ਆਉਂਦੀ ਰੱਖਿਆ ਕਿਉਂ ਹੋਇਆ ਇਹਨਾਂ ਨੇ। ਅਤੇ ਇਹ ਲਾਈਬ੍ਰੇਰੀ ਆ ਅੰਦਰ, ਠੀਕ ਆ, ਅਤੇ ਟੈਪ ਕਰਨਾ ਸੀ ਕਾਰਡ ਫਿਰ ਹੀ ਅੰਦਰ ਜਾ ਹੋਣਾ, ਠੀਕ ਆ। ਉਹ ਦੇਖੋ, ਆਹ ਦੇਖਿਓ ਮੈਂ ਟੈਪ ਕਰਨਾ, ਉਹ ਖੁੱਲ੍ਹ ਗਿਆ, ਠੀਕ ਆ। ਆਹ ਅੰਦਰ ਆ ਗਏ, ਤੁਹਾਨੂੰ ਮੈਂ ਵਿਊ ਦਿਖਾ ਦਿੰਦਾ ਕਰੀ ਲਾਈਬ੍ਰੇਰੀ ਦਾ ਸਾਰਾ, ਠੀਕ ਆ। ਇਹ ਇੱਕ ਲਾਈਬ੍ਰੇਰੀ ਦਾ ਵਿਊ ਆ, ਅਤੇ ਇੱਥੇ ਪੀ ਸੀ ਵਗੈਰਾ ਪਏ ਆ, ਤੁਸੀਂ ਯੂਜ਼ ਕਰ ਸਕਦੇ ਹੋ, ਕੋਈ ਚੱਕਰ ਨਹੀਂ ਗਾ। ਸਿਰਫ ਆਪਣਾ ਆਈ ਡੀ ਪਾਸਵਰਡ ਲੋਗਿਨ ਕਰੋ, ਉਹਨੇ ਲੋਗਿਨ ਕਰ ਲੈਣਾ, ਅਤੇ ਦਿਸਵੇਂ ਦੀਜ਼ ਆਰ ਦਾ ਥਰੀ ਗਰਲਸ ਹੂ ਆਰ ਮੇਕਿੰਗ ਦਾ ਅਸਾਈਨਮੈਂਟਸ, ਹੀ ਇਜ਼ ਮਾਈ ਫਰੈਂਡ। ਇਹ ਜਿਹੜਾ ਇੱਕ ਵਾਰੀ ਉੱਤੇ ਦਾ ਵਿਊ ਆ ਲਾਈਬ੍ਰੇਰੀ ਦਾ, ਆਹ ਦੇਖੋ ਉਹਦਾ ਜਿਹੜਾ ਇਨਫਰਾਸਟ੍ਰਕਚਰ ਆ ਨਾ, ਇਹਦਾ ਹਰ ਚੀਜ਼ ਦਾ, ਇਹ ਬਹੁਤ ਸੋਹਣਾ ਬਣਿਆ ਹੋਇਆ। ਵੀ ਪੜ੍ਹਨ ਨੂੰ ਤਾਂ ਯੂਨੀਵਰਸਿਟੀ ਮਾੜੀ ਨਹੀਂ, ਪੈਸੇ ਵੀ ਮਾੜੇ ਨਹੀਂ ਹੈਗੇ, ਬਟ ਹੁਣ ਇੱਕ ਸਾਲ ਦੀ ਫੀਸ ਹੀ 15 ਲੱਖ ਰੁਪਈਆ ਆ, ਅਤੇ ਬੁੱਕਸ ਵਗੈਰਾ ਬਹੁਤ ਪਈਆਂ ਇੱਥੇ। ਜਿਹੜੇ ਪੀ ਸੀ ਪਏ ਆ ਤੁਸੀਂ ਯੂਜ਼ ਕਰ ਸਕਦੇ ਹੋ, ਜਸਟ ਫੋਰ ਐਂਟਰ ਯੋਰ ਆਈ ਡੀ ਐਂਡ ਪਾਸਵਰਡ, ਦੈਨ ਯੂ ਆਰ ਐਲੀਜੀਬਲ ਟੂ। ਅਤੇ ਉਹ ਮੇਰੇ ਕਲਾਸਮੇਟ ਬੈਠੇ ਆ, ਸਾਰੇ ਆਪਣੀ ਉਹ ਗਰੁੱਪ ਰਿਪੋਰਟ ਬਣਾਉਂਦੇ ਪਏ ਆ। ਲੋ ਹੁਣ ਆਊਟ ਪਾਉਣਾ ਸੀ, ਲੋ ਖੁੱਲ੍ਹ ਗਿਆ, ਅਤੇ ਲਾਈਬ੍ਰੇਰੀ ਤੋਂ ਬਾਹਰ ਆ ਗਏ ਹਾਂ। ਅਤੇ ਆਹ ਅੰਦਰ ਦਾ ਵਿਊ ਇੱਕ ਵਾਰੀ ਫਿਰ, ਇੱਧਰ ਨੂੰ ਅਸੀਂ ਹੁਣ ਬਾਹਰ, ਹੁਣ ਮੈਂ ਚੱਲਾਂ ਹਾਂ ਉੱਧਰ ਕੈਫੇ ਵੱਲ, ਤੁਹਾਨੂੰ ਕੈਫੇ ਦਿਖਾਉਣਾ, ਠੀਕ ਆ, ਅਤੇ ਫਿਰ ਇੱਕ ਵਾਰੀ ਇੱਧਰ ਅੰਦਰ ਵੀ ਤੁਹਾਨੂੰ ਦਿਖਾ ਦਾਂਗਾ। ਆਹ ਹੁਣ ਲਾਈਬ੍ਰੇਰੀ ਤੋਂ ਬਾਹਰ ਆ ਗਏ ਹਾਂ, ਮੇ ਬੀ ਹੁਣ ਵੈਦਰ ਵਧੀਆ ਹੋ ਗਿਆ, ਇੱਥੇ ਚੇਂਜ ਹੁੰਦਾ ਰਹਿੰਦਾ, 5 ਮਿੰਟ ਬਾਅਦ ਮੀਂਹ ਪੈ ਜਾਂਦਾ। ਇੱਧਰ ਬੈਠਣ ਨੂੰ ਬਣਿਆ ਹੋਇਆ, ਠੀਕ ਹੈ, ਅਤੇ ਉਹ ਐਂਟਰੈਂਸ ਆ। ਆਹ ਹੁਣ ਕੈਫੇ ਦੀ ਐਂਟਰੈਂਸ ਮੈਂ ਤੁਹਾਨੂੰ ਦਿਖਾ ਦਿੰਦਾ, ਅਤੇ ਤੁਸੀਂ ਦੇਖ ਲਿਆ ਹੋਣਾ। ਅਤੇ ਆਹ ਇੱਧਰ ਐਂਟਰੈਂਸ ਕੈਫੇ ਦੀ, ਅਤੇ ਉਹ ਸਾਹਮਣੇ ਕੰਟੀਨ ਆ। ਇੱਕ ਤੁਹਾਨੂੰ ਵਿਊ ਦਿਖਾ ਦਿੰਦਾ ਕੈਫੇ ਦਾ, ਦਿਸ ਵਨ, ਇੱਕ ਇੱਧਰੋਂ ਦੀ। ਅੱਗੇ ਸਟਾਰਬਕਸ ਆ ਬਣਿਆ ਹੋਇਆ। ਬਾਕੀ ਉੱਦਾਂ ਲੋਕ ਕਹਿੰਦੇ ਆ ਵੀ ਸਟਾਰਬਕਸ ਦਾ ਬਹੁਤ ਸਟੈਂਡਰਡ ਹੈ ਨਾ, ਬਟ ਇੱਥੇ ਨੋਰਮਲ ਜੀ ਗੱਲ ਆ। ਆਹ ਫੂਡ ਪਿਆ, ਤੁਸੀਂ ਚੱਕ ਕੇ ਉੱਥੇ ਪੈਸੇ ਪੇ ਕਰ ਦਿਓ। ਅਤੇ ਆਹ ਇਹਨਾਂ ਦਾ ਸਟਾਰਬਕਸ ਦਾ, ਇਹ ਇੱਕ ਵਾਰੀ ਇਨਸਾਈਡ ਵਿਊ ਹੈ ਕੰਟੀਨ ਦਾ, ਸੋਰੀ ਸਟਾਰਬਕਸ ਉਹ ਸਾਹਮਣੇ ਹੈ, ਠੀਕ ਹੈ। ਅਤੇ ਬਣਿਆ ਬਹੁਤ ਸੋਹਣਾ ਹੈ ਐਵੇਂ ਕਹੀਏ, ਪਰ ਬਸ ਫੀਸ ਹੀ ਜ਼ਿਆਦਾ ਇੱਥੇ, ਹੋਰ ਕੁਛ ਨਹੀਂ। ਅਤੇ ਆਹ ਇੱਧਰ ਮੇਰੇ ਦੋਸਤ ਬੈਠੇ ਹੋਏ ਆ, ਕਲਾਸਮੇਟ ਹੀ ਆ ਮੇਰੇ, ਠੀਕ ਹੈ, ਦਿਸ ਵਨ। ਅਤੇ ਇੱਧਰੋਂ ਐਲ ਸੀ ਆਰ ਦਾ ਤੁਹਾਨੂੰ ਦਿਖਾ ਦਿੱਤਾ ਲਾਈਬ੍ਰੇਰੀ। ਇਹ ਇੱਧਰ ਦਾ ਵੇ ਆ ਕਲਾਸਿਸ ਦੀ ਤਰਫ ਜਾਂਦਾ, ਅਤੇ ਆਹ ਫਲੈਗ ਲੱਗੇ ਹਰ ਕੰਟਰੀ ਦੇ, ਮੇ ਬੀ ਇੰਡੀਆ ਦਾ ਹੋ ਰਿਹਾ, ਇੰਡੀਆ ਦਾ ਫਲੈਗ ਲੱਗਾ ਹੋਇਆ, ਮਤਲਬ ਜਿਹੜੀ ਜਿਹੜੀ ਕੰਟਰੀ ਦੇ ਨਾਲ ਡੀਲ ਕਰਦੇ ਆ, ਜਿੱਥੇ ਇੱਥੇ ਸਟੂਡੈਂਟ ਆਉਂਦੇ ਉਹਨਾਂ ਦੇ ਇਹਨਾਂ ਨੇ ਫਲੈਗ ਲਗਾਏ ਹੋਏ ਆ। ਅਤੇ ਉਹ ਸਾਈਡ ਹੈਗਾ ਆਡੀਟੋਰੀਅਮ, ਰਾਈਟ ਸਾਈਡ ਮੇਰੇ, ਅਤੇ ਤੁਹਾਨੂੰ ਹੁਣ ਮੈਂ ਅੰਦਰ ਜਾ ਕੇ ਦਿਖਾ ਦਿੰਦਾ ਇੱਕ ਵਾਰੀ। ਅਤੇ ਆਹ ਹੁਣ ਅਸੀਂ ਆ ਗਏ ਆਡੀਟੋਰੀਅਮ, ਅਤੇ ਜਦੋਂ ਨਵੇਂ ਅਸੀਂ ਆਏ ਸੀ ਆਹ ਆਡੀਟੋਰੀਅਮ ਦੇ ਵਿੱਚ, ਇਹਨਾਂ ਨੇ ਸਾਨੂੰ ਬਿਠਾਇਆ। ਅਤੇ ਆਹ ਤੁਹਾਨੂੰ ਆਡੀਟੋਰੀਅਮ ਦਾ ਇੱਕ ਇਨ ਸਾਈਡ ਮੈਂ ਵਿਊ ਦਿਖਾ ਦਿੰਦਾ, ਠੀਕ ਆ। ਆ ਜਾਣਾ ਜਦੋਂ ਜਿਹੜਾ ਬੰਦੇ ਦਾ ਲੈਕਚਰ ਹੋਵੇ, ਅਤੇ ਇੱਥੇ ਟੈਪ ਕਰ ਦਿਓ, ਠੀਕ ਆ, ਅਟੈਂਡੈਂਸ ਲੱਗ ਜਾਂਦੀ ਹੈ। ਬਾਕੀ ਮੇ ਵੀ ਅੰਦਰ ਕਲਾਸ ਚੱਲਦੀ ਪਈ ਹੈ, ਅਤੇ ਮੈਂ ਦੇਖ ਕੇ ਵਾਪਸ ਆ ਜਾਊਂਗਾ, ਖਾਲੀ ਹੋਇਆ ਅਤੇ ਫਿਰ ਤੁਹਾਨੂੰ ਦਿਖਾ ਦੂੰਗਾ। ਆਹ ਆਡੀਟੋਰੀਅਮ ਦਾ ਵਿਊ ਆ, ਇੱਥੇ ਜਦੋਂ ਅਸੀਂ ਨਵੇਂ ਆਏ ਸੀਗੇ ਉਦੋਂ ਸਾਡੀਆਂ ਕਲਾਸਾਂ ਲੱਗਦੀਆਂ ਸੀਗੀਆਂ ਆਡੀਟੋਰੀਅਮ, ਅਤੇ ਉਹ ਵੀ ਉੱਧਰ ਵੀ ਆਊਟ ਆ, ਅਤੇ ਇੱਧਰੋਂ ਬਾਹਰ, ਠੀਕ ਹੈ। ਮਤਲਬ 200-300 ਬੱਚਾ ਹੁੰਦਾ, ਅਤੇ ਇੱਧਰਲੇ ਪਾਸੇ ਸਾਰੀਆਂ ਕਲਾਸਿਸ ਆ, ਇਹਨਾਂ ਦਾ ਮੈਂ ਵਿਊ ਤੁਹਾਨੂੰ ਦਿੰਦਾ। ਟੀ ਵੀ ਸਕਰੀਨ ਲੱਗੇ, ਠੀਕ ਆ, ਅਤੇ ਉਹ ਸਾਹਮਣੇ ਕਲਾਸ ਆ, ਇੱਥੇ ਵੀ ਸਾਡੀਆਂ ਕਲਾਸਾਂ ਲੱਗਦੀਆਂ, ਅੱਜ ਵੀ ਹੈਗੀ ਆ NO1। ਅਤੇ ਆਹ ਵਿਊ ਤੁਹਾਨੂੰ ਦਿਖਾਉਣਾ,
ਤੇ ਉਹ ਸਾਹਮਣੇ ਆਕ ਸੈਂਟਰ ਕਿਸੇ ਵੀ ਬੱਚੇ ਨੂੰ ਕੋਈ ਦਿੱਕਤ ਹੋਵੇ ਤੇ ਆਪਣਾ ਉਹ ਲੋਗਿਨ ਆਈਡੀ ਭਰ ਕੇ ਉਹਦੇ ਵਿੱਚ ਮਸ਼ੀਨ ਦੇ ਵਿੱਚ ਤੇ ਆਪਣੀ ਵਾਰੀ ਸਿਰ ਅੰਦਰ ਜਾ ਸਕਦਾ। ਠੀਕ ਆ, ਤੇ ਇੱਧਰ ਐਂਟਰੈਂਸ ਆ। ਠੀਕ ਆ, ਤੇ ਇੱਧਰਲੇ ਪਾਸੇ ਕੰਟੀਨ ਆ। ਠੀਕ ਆ, ਤੇ ਜਦੋਂ ਹੁਣ ਆਪਾਂ ਇੱਧਰੋਂ ਬਾਹਰ ਜਾਈਏ ਤੇ ਆਹ ਵੀ ਕਲਾਸਾਂ, ਇੱਧਰ ਵੀ ਕਲਾਸਿਸ ਲੱਗਦੀਆਂ ਆ ਤੇ ਇੱਧਰ ਕੋਈ ਵੀ ਤਾਂ ਉਹ ਫੰਕਸ਼ਨ ਨਹੀਂ ਹੁੰਦੇ, ਕੋਈ ਪਾਰਟੀ ਵਗੈਰਾ ਹੁੰਦੀ ਤੁਸੀਂ ਇੱਥੋਂ ਪੁੱਛ ਸਕਦੇ ਹੋ ਤੇ ਕੋਈ ਔਰਗਨਾਈਜ਼ ਕਰਾਉਂਦੇ ਬੱਚੇ। ਆਹ ਅਸੀਂ ਬਾਹਰ ਆ ਗਏ ਹਾਂ ਤੇ ਉਹ ਸਾਹਮਣੇ ਕੰਟੀਨ ਆ। ਠੀਕ ਆ, ਤੇ ਆਹ ਇੱਧਰ ਇਹਨਾਂ ਨੇ ਨਾ ਉਹ ਸਾਹਮਣੇ ਸਪੋਰਟਸ ਸੈਂਟਰ, ਉੱਥੇ ਫਿਰ ਕਹਿੰਦੇ ਵੀਡੀਓ ਬਣਾ ਨਹੀਂ ਦੇਣੀ। ਅਤੇ ਆਹ ਵੀ ਕਲਾਸਿਸ ਆ ਬਾਹਰ, ਇਹ ਕੋਈ ਇੱਦਾਂ ਹੱਟ ਉੱਠ ਨਹੀਂ, ਅੰਦਰ ਕਲਾਸਾਂ ਲੱਗਦੀਆਂ, ਟੈਂਪਰੇਰੀ ਕਲਾਸਿਸ ਬਣਾਈਆਂ ਇਹਨਾਂ ਨੇ ਅਤੇ ਉਹ ਉੱਪਰ ਵੀ ਬੱਚੇ ਬੈਠੇ ਹੋਏ, ਉਹ ਦੇਖੋ। ਇਹ ਹੈਗੀ ਜੀ ਸਾਡੇ ਕੋਲੇਜ ਦੀ ਕੰਟੀਨ ਹੈਵੀਲੈਂਡ ਦੀ, ਅਤੇ ਇਹਦਾ ਲਾਗੇ ਉਹ ਮੈਂ ਤੁਹਾਨੂੰ ਇੱਕ ਵਾਰੀ ਵਿਊ ਦਿਖਾ ਦਿੰਦਾ ਅਤੇ ਮੇ ਬੀ ਵਿਊ ਵਧੀਆ ਆਉਂਦਾ ਹੋਵੇ। ਅਤੇ ਇਸ ਸਾਈਡ ਹੈਗਾ ਆ ਸਪੋਰਟਸ ਸੈਂਟਰ, ਦਿਸ ਵਨ। ਅਤੇ ਹੁਣ ਮੈਂ ਤੁਹਾਨੂੰ ਇੱਕ ਵਾਰੀ ਕੰਟੀਨ ਦੇ ਅੰਦਰੋਂ ਦਿਖਾਉਂਦਾ ਵੀ ਅੰਦਰੋਂ ਕੰਟੀਨ ਕਿੰਨੀ ਵਧੀਆ ਬਣੀ ਹੋਈ ਹੈ। ਅਤੇ ਆ ਐਂਟਰੀ, ਇਹ ਇਨਸਾਈਡ ਵਿਊ ਹੈ ਕੰਟੀਨ ਦਾ। ਅਤੇ ਇਹ ਆਪਣਾ ਇੱਥੇ ਦਾ ਫੂਡ ਏਰੀਆ, ਵੈੱਜ ਨੋਨ ਵੈੱਜ ਸਾਰਾ ਕੁਛ ਮਿਲਦਾ ਇੱਥੇ। ਅਤੇ ਇੱਧਰ ਬਾਕੀ ਇੱਥੇ ਕਰਾਊਡ ਬਹੁਤ ਜ਼ਿਆਦਾ ਹੁੰਦਾ ਪਰ ਇੱਥੇ ਅੱਜ ਹੈ ਨਹੀਂ ਗਾ। ਅਤੇ ਆ ਹੁਣ ਤੁਹਾਨੂੰ ਇੱਧਰ ਦੀ ਦਿਖਾਉਂਦਾ ਕੰਟੀਨ ਦੇ ਬਾਹਰ ਆ ਕੇ ਇਸ ਸਾਈਡ, ਅਤੇ ਇਸ ਵਾਰ ਇੱਧਰ ਐਕੋਮੋਡੇਸ਼ਨ ਆ, ਰਹਿਣ ਦਾ ਸਿਸਟਮ। ਅਤੇ ਇਹ ਇੱਕ ਇੱਧਰ ਕੋਮਨ ਰੂਮ ਬਣੇ ਆ ਅਤੇ ਪਲੇਇੰਗ ਏਰੀਆ ਜਿੱਥੇ ਬੱਚੇ ਸਾਰੇ ਖੇਡਦੇ ਆ ਅਤੇ ਫੂਡ ਵਗੈਰਾ ਵੀ ਤੁਸੀਂ ਗਰਮ ਕਰ ਸਕਦੇ ਹੋ। ਅਤੇ ਉਹ ਸ਼ੋਪ ਆ ਜਿੱਥੇ ਨੋਰਮਲੀ ਆਪਾਂ ਸਮਾਨ ਵਗੈਰਾ ਖਰੀਦ ਸਕਦੇ ਹਾਂ। ਅਤੇ ਇਹ ਤੁਹਾਨੂੰ ਮੈਂ ਇਨਸਾਈਡ ਕੋਮਨ ਰੂਮ ਦਿਖਾਤਾ ਜਿੱਥੇ ਗੇਮਸ ਵਗੈਰਾ ਮਾੜਾ ਮੋਟਾ ਟਾਈਮ ਪਾਸ ਕਰਨ ਵਾਸਤੇ ਅਤੇ ਹੁੰਦਾ ਆ। ਅਤੇ ਉਹ ਦੂਸਰੀ ਸਾਈਡ ਜਾਓ ਅਤੇ ਫੂਡ ਵਗੈਰਾ ਵੀ ਗਰਮ ਵਗੈਰਾ ਹੋ ਜਾਂਦਾ। ਅਤੇ ਆਹ ਸਾਰਾ ਏਰੀਆ ਅਤੇ ਆਹ ਗੇਮ ਦਿਖਾਉਂਦਾ, ਕੂਲ ਬਣਨ ਵਾਸਤੇ ਗੇਮ ਆ ਇਹ ਕੂਲ। ਅਤੇ ਆਹ ਹੁਣ ਮੈਂ ਬਾਹਰ ਆ ਗਿਆ, ਇਹ ਨਾਲ ਇੱਧਰ ਕੰਟੀਨ ਆ। ਇੱਥੇ ਇਹ ਐਕੋਮੋਡੇਸ਼ਨ ਆਫਿਸ ਹੋ ਗਿਆ ਅਤੇ ਦਿਸ ਵਨ ਇਸ ਕੰਟੀਨ ਹੈਵੀਲੈਂਡ। ਠੀਕ ਆ, ਉਹ ਉੱਧਰ ਵੱਡੀ ਕੰਟੀਨ ਆ ਅਤੇ ਇੱਧਰ ਬੈਕ ਸਾਈਡ ਬੱਸ ਸਟੋਪ ਬਣੇ ਹੋਏ ਆ। ਹੁਣ ਨਾ ਮੈਂ ਤੁਹਾਨੂੰ ਇੱਥੇ ਦੇ ਵਾਸ਼ਰੂਮਸ ਦਿਖਾਉਂਦਾ, ਵਾਸ਼ਰੂਮਸ ਵੀ ਬੜੇ ਵਧੀਆ ਬਣੇ ਆ। ਅਤੇ ਉਹ ਦੇਖੋ ਮੈਨ, ਠੀਕ ਆ, ਹੁਣ ਗਲਤ ਨਾ ਸਮਝਣ ਲੱਗ ਪਿਓ, ਇਹ ਮੁੰਡਿਆਂ ਦਾ। ਦੇਖੋ ਸ਼ਾਵਰ ਵਾਸਤੇ ਵੀ ਬਣਿਆ ਅਤੇ ਜਿਹੜੇ ਲੋਕ ਹੈਂਡੀਕੈਪ ਉਹਨਾਂ ਵਾਸਤੇ ਵੀ ਅਲੱਗ ਬਣਿਆ। ਉਹ ਦੇਖੋ ਜਿਹੜਾ ਹੈਂਡੀਕੈਪ ਆਪਣਾ ਬੈਠ ਕੇ ਆਪਣਾ ਹੈ ਨਾ ਵਾਸ਼ਿੰਗ ਵਗੈਰਾ ਵਾਸ਼ਰੂਮ ਯੂਜ਼ ਕਰ ਸਕਦਾ, ਸਾਹਮਣੇ ਆ। ਠੀਕ ਆ, ਅਤੇ ਰੁਮਾਲ ਬੰਨਿਆ ਮੈਂ। ਠੀਕ ਆ, ਅਤੇ ਆ ਇੱਧਰ ਬਾਥ ਆ, ਆਪਣਾ ਬਾਥ ਲੈ ਸਕਦੇ ਤੁਸੀਂ। ਵੀ ਮੈਨੂੰ ਕਈ ਵਾਰੀ ਸਮਝ ਨਹੀਂ ਆਉਂਦਾ ਯੂਨੀਵਰਸਿਟੀ ਹੈ ਕਿ ਕੀ ਹੈ। ਅਤੇ ਹਾਂ ਇੱਧਰ ਹੀਟਿੰਗ ਸਿਸਟਮ ਲੱਗੇ ਆ ਪੂਰੇ। ਅਤੇ ਆਹ ਸਾਹਮਣੇ ਮੁੰਡਿਆਂ ਦਾ, ਇਹ ਤਾਂ ਤੁਹਾਨੂੰ ਪਤਾ ਹੀ ਆ ਅੰਦਰ ਕੀ ਹੁੰਦਾ। ਹੋਰ ਕੋਈ ਦੇਖੇ ਵੀ ਕੈਮਰਾ ਲੈ ਕੇ ਆ ਗਿਆ ਅੰਦਰ, ਸਾਹਮਣੇ ਸਹੀ ਆ। ਅਤੇ ਆ ਹੁਣ ਯਾਰ ਹੋਣੀ ਬਾਹਰ ਚਲੇ ਇੱਕ ਵਾਰ। ਅਤੇ ਇੱਧਰਲੇ ਪਾਸੇ ਸਾਰਾ ਸਟੂਡੈਂਟ ਰਹਿੰਦੇ ਆ, ਐਕੋਮੋਡੇਸ਼ਨ ਬਣੀ ਹੋਈ। ਠੀਕ ਆ, ਅਤੇ ਆਹ ਲਾ ਕੋਟ ਦੀ ਐਂਟਰੈਂਸ ਆ। ਇਹ ਸਾਨੂੰ ਇਹਨਾਂ ਨੇ ਆਈਡੀ ਕਾਰਡ ਦਿੱਤੇ ਆ ਐਂਟਰੀ ਵਾਸਤੇ, ਅਤੇ ਟੈਪ ਕਰਨਾ ਅਤੇ ਐਂਟਰ ਹੋਣਾ।